ਠੀਕ ਹੈ ਜੀ। ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ ਜੀ, ਮੈਂ ਦਾਰੂ ਦਾ ਬਾਈਕਾਟ ਕੀਤਾ ਕਿ ਤੁਹਾਨੂੰ ਚੰਗੀ ਲੱਗੀ ਗੱਲ ਕਰਦੀ ਹੈ? ਬਿਨਾਂ ਦਾਰੂ ਤੋਂ ਵੋਟਾਂ ਪਾਉਂਗੇ? ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਪੈਸ਼ਲ ਪੰਜਾਬੀ ਵਿੱਚ। ਸਿੱਧੂ ਮੂਸੇਵਾਲੇ ਨੇ ਪੰਚਾਇਤ ਵਿੱਚ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਬਿਨਾਂ ਦਾਰੂ ਦੇ ਪੰਚਾਇਤ ਚੋਣਾਂ ਲੜਨਗੇ। ਅਤੇ ਦੇਖੋ ਵੀਡੀਓ। ਠੀਕ ਹੈ ਜੀ, ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ ਜੀ, ਮੈਂ ਦਾਰੂ ਦਾ ਬਾਈਕਾਟ ਕੀਤਾ ਕਿ ਤੁਹਾਨੂੰ ਚੰਗੀ ਲੱਗੀ ਗੱਲ ਕਰਦੀ ਹੈ? ਬਿਨਾਂ ਦਾਰੂ ਤੋਂ ਵੋਟਾਂ ਪਾਉਂਗੇ? ਮੈਂ 2-3 ਮਹੀਨੇ ਵਾਸਤੇ ਪਿੰਡ ਆਉਣਾ ਜੀ। ਵੀ ਕੱਲਾ ਚਲੋ ਪੰਚਾਇਤੀ ਦਾ ਜਿਹੜੀਆਂ ਚੀਜ਼ਾਂ ਹੁੰਦੀਆਂ, ਤੁਹਾਡਾ ਪਾਣੀ ਦਾ ਮਸਲਾ, ਆ ਜਿਹੜਾ ਤੁਹਾਡੇ ਗੰਦੇ ਨਾਲ ਦੇ ਸੀਵਰੇਜ ਦਾ ਮਸਲਾ, ਇਹ ਆਪਣੀ ਪਹਿਲੀਆਂ ਦੋ ਚੀਜ਼ਾਂ ਹੈਗੀਆਂ। ਆਪਾਂ ਜਿਹੜੀਆਂ ਸਾਰਿਆਂ ਤੋਂ ਪਹਿਲਾਂ ਹੱਲ ਕਰਾਂਗੇ, ਇੱਕ ਮਿੰਟ ਜੀ, 2 ਮਿੰਟ ਦੇ ਦੋ। ਆਪਣੀ ਤੁਹਾਡੀ ਜਿਹੜੀ ਵੀ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਕਿਸੇ ਚੀਜ਼ ਦਾ ਚੱਕਰ ਹੈ, ਕੋਈ ਤੁਸੀਂ ਇੱਕ ਵਾਰੀ ਆਓ। ਤੇ ਆ ਹੁਣ ਮੈਨੂੰ ਜਿਹੜਾ ਤੁਸੀਂ ਹੁਣ ਦੱਸਿਆ ਸੀਗਾ ਵੀ ਕੌਣ ਬਿਮਾਰ ਨੇ, ਆਪਣਾ ਜੱਟ ਹੈ ਜੀ ਵਿਚਾਰੇ, ਉਹਦੇ ਮੁੰਡੇ ਦਾ ਕਿੰਨਾ ਬੁਰਾ ਹਾਲ ਹੈ। ਮੈਂ ਜਿੰਨੀ ਕੁ ਮੇਰੀ ਹਿੰਮਤ ਪੈਂਦੀ ਹੈ, ਆਪਦੇ ਕੋਲ ਹਿੰਮਤ ਪੈਂਦੀ, ਮੈਂ ਉਨੀ ਕੁ ਹੈਲਪ ਕਰੀ ਜਾਂਦਾ। ਹੁਣ ਜੇ ਮੈਂ ਕਹਾਂ ਵੀ ਮੈਂ ਸਾਰਾ ਕੁਛ ਮੈਂ ਸਹੀ ਕਰ ਦੂ, ਮੇਰੇ ਤੋਂ ਕੱਲੇ ਤੋਂ ਤਾਂ ਨਹੀਂ ਹੋਣਾ। ਠੀਕ ਹੈ ਜੀ, ਮੈਨੂੰ ਤੁਹਾਡੇ ਸਾਰਿਆਂ ਦੀ ਹੈਲਪ ਚਾਹੀਦੀ ਹੋਊ। ਸਰਕਾਰ ਦਾ ਪੈਸਾ ਆਉਂਦਾ, ਇੰਨੀ ਗੱਲ ਹੈ ਵੀ ਜਿੰਨਾ ਪੈਸਾ ਆਊਗਾ ਆਪਾਂ ਤਾਂ ਝਟਕਾਂ ਨਹੀਂ ਰੱਖਣੀ, ਜਾਂ ਗੁਰੂ ਘਰ ਕੋਲੇ ਖੜੇ ਆ, ਸਾਰਾ ਤੁਹਾਡੇ ਹੀ। ਠੀਕ ਹੈ ਜੀ, ਮੇਰੀ ਕੋਸ਼ਿਸ਼ ਇਹ ਹੋਊਗੀ, ਬਾਕੀ ਪੰਚਾਇਤ ਨੇ ਜੋ ਕਰਨਾ ਕਰਨਾ। ਬਾਕੀ ਜੇ ਮੈਨੂੰ ਤੁਸੀਂ ਮਾੜਾ ਜਿਹਾ ਸੇਵਾ ਦਾ ਮੌਕਾ ਸਾਨੂੰ ਦਿੰਦੇ ਹੋ, ਸਭਾ ਪੰਚਾਇਤ ਪੰਚਾਇਤ ਤੋਂ ਬਾਹਰੋਂ ਵੀ ਜਿੰਨਾ ਕੁ ਮੇਰੇ ਬਸ, ਆਪਾਂ ਮਾੜੇ ਪਿੰਡ ਦੇ ਐਮਐਲਏ, ਮਾੜੇ ਇਲਾਕੇ ਦੇ ਐਮਐਲਏ, ਜਿੰਨੀ ਪਾਵਰ ਤਾਂ ਆਪਣਾ ਪਿੰਡ ਵੀ ਰੱਖਦਾ, ਭਾਪ ਰੱਖਦੇ ਆ। ਜੇ ਗ੍ਰਾਂਟਾਂ ਨਹੀਂ ਆਉਣਗੀਆਂ ਤਾਂ ਪਾਪ ਹੈਗੇ ਆ। ਜਿੰਨਾ ਹੁਣ ਆਪਣੇ ਕਈ ਧੀਆਂ ਭੈਣਾਂ ਦਾ ਵਿਆਹ ਹੁੰਦਾ, ਕਈ ਨਹੀਂ ਪਹੁੰਚ ਪੈਂਦੀ। ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਤ ਭੁੱਲਣਾ।